ਇੱਕ ਵਿਅਕਤੀ ਨੇ ਭਾਲੂ ਨੂੰ ਡੋਨਟਸ ਤੇ ਹੌਟ ਡੌਗਸ ਖਿਲਾਉਣ ਦੀਆਂ ਤਸਵੀਰਾਂ ਖਿੱਚੀਆਂ ਤੇ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ। ਵਿਅਕਤੀ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਸੀ, ਜਿਸ ਨੂੰ ਹੁਣ BC ਵਾਈਲਡ ਲਾਈਫ ਐਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਕੰਜ਼ਰਵੇਸ਼ਨ ਆਫਿਸਰ ਸਰਵਿਸ ਤੋਂ ਕਿਹਾ ਗਿਆ ਹੈ ਕਿ 31 ਸਾਲਾ ਰੈਂਡੀ ਸਕੌਟ ਤੇ ਉਸ ਦੇ ਨਾਲ 27 ਸਾਲਾ ਮੇਘਨ ਹੈਲਸ ਨੇ ਅਲਾਸਕਾ ਹਾਈਵੇ ਦੇ ਉੱਤੇ ਆਪਣੇ ਵਾਹਨ ਦੇ ਵਿੱਚੋਂ ਹੀ ਭਾਲੂ ਨੂੰ ਭੋਜਨ ਖੁਆਇਆ। ਫੇਸਬੁੱਕ ਤੇ ਸਕੌਟ ਨੇ ਲਿਖਿਆ ਕਿ ਉਸ ਦੇ ਕੋਲ ਭਾਲੂ ਨੂੰ ਖਿਲਾਉਣ ਲਈ ਹਜ਼ਾਰਾਂ ਟਿੰਬਿਟ ਤਿਆਰ ਨੇ। ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ $2,000 ਦਾ ਸਕੌਟ ਨੂੰ ਫਾਈਨ ਲੱਗਿਆ ਤੇ ਉਸ ਨੂੰ ਅਗਲੇ 6 ਮਹੀਨੇ ਦੇ ਲਈ ਭਾਲੂਆਂ ਤੋਂ 50 ਮੀਟਰ ਦੀ ਦੂਰੀ ਤੇ ਰਹਿਣ ਦੇ ਲਈ ਕਿਹਾ ਗਿਆ। ਸਕੌਟ ਤੇ ਮਾਮਲਾ ਦਰਜ ਰਹੇਗਾ। ਇਸ ਤੋਂ ਪਹਿਲਾਂ 2013 ਵਿੱਚ ਸਕੌਟ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਗ੍ਰੇਟਰ ਵਿਕਟੋਰੀਆ 'ਚ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਮੋਟਰਸਾਈਕਲ ਚਲਾ ਰਿਹਾ ਸੀ, ਜਿਸ ਸੰਬੰਧੀ ਵੀ ਉਸਦੇ ਉੱਤੇ ਮਾਮਲਾ ਦਰਜ ਹੋਇਆ ਸੀ।